ਦੋਸਤੋ ਅੱਜ ਅਸੀਂ 26 ਅਗਸਤ ਦੇ ਦਿਨ ਸਿੱਖ ਤਾਰੀਖ 'ਚ ਹੋਈਆਂ ਘਟਨਾਵਾਂ ਦਾ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ 1661 ਦੀ ਹੈ, ਜਦੋਂ ਭਾਈ ਦਇਆ ਸਿੰਘ ਪਿਆਰਾ ਉਹਦਾ ਜਨਮ ਹੋਇਆ ਸੀ। ਜਿਹੜੇ ਪਹਿਲੇ ਪੰਜ ਪਿਆਰੇ ਸਨ, ਐਕਚੁਅਲੀ ਤਾਂ ਪੰਜ ਪਹਿਲੇ ਕੀ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸਿਰ ਮੰਗਣ 'ਤੇ ਆਪਣਾ ਸਿਰ ਹਾਜ਼ਰ ਕੀਤਾ ਸੀ। ਉਸ ਤੋਂ ਸਭ ਤੋਂ ਪਹਿਲਾਂ ਸੀ ਭਾਈ ਦਇਆ ਸਿੰਘ, ਉਸਦਾ ਜਨਮ ਅੱਜ ਦੇ ਦਿਨ 26 ਅਗਸਤ 1661 ਦੇ ਦਿਨ ਹੋਇਆ ਸੀਗਾ। ਚੇਤੇ ਰਹਿ ਕੇ ਭਾਈ ਦਇਆ ਸਿੰਘ 16 ਸਾਲ ਦੀ ਉਮਰ ਵਿੱਚ, ਯਾਨੀ 1677 ਤੋਂ ਹੀ ਜਿਹੜਾ ਚੱਕ ਨਾਨਕੀ ਅਤੇ ਅਨੰਦਪੁਰ ਸਾਹਿਬ ਵਿੱਚ ਰਹਿ ਰਿਹਾ ਸੀਗਾ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਦਾ ਹੀ ਨਾਲ ਰਿਹਾ ਸੀਗਾ। ਭੰਗਾਣੀ, ਨਦੌਣ ਅਤੇ ਹੋਰ ਜਿੰਨੀਆਂ ਵੀ ਜੰਗਾਂ ਸਨ ਉਹ ਸਾਰੀਆਂ ਵਿੱਚ ਸ਼ਾਮਿਲ ਹੋਇਆ ਸੀ, ਜਦਕਿ ਸਾਡੇ ਕੋਲ ਸਾਰੀਆਂ ਜਿਹੜੀਆਂ ਪਟਵੀਆਂ ਦੇ ਵਗੈਰਾ ਵਿੱਚ ਉਹਦਾ ਜ਼ਿਕਰ ਆਉਂਦਾ ਹੈ। ਤੋ ਜਿਨ੍ਹਾਂ ਨੇ ਪਹਿਲਾਂ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਵੀ, ਖੰਡੇ ਦੀ ਭੌਲ ਲੈਣ ਵਾਲਾ ਪਹਿਲਾ ਪਿਆਰਾ, ਜਿਹੜਾ ਪਹਿਲਾ ਸੀਸ ਭੇਟ ਕਰਨ ਵਾਲਾ ਬੰਦਾ ਜਿਹੜਾ ਉਹ ਦਇਆ ਰਾਮ ਸੀ। ਦਇਆ ਰਾਮ ਜਿਹੜਾ ਇਸਦਾ ਪਿਛੋਕੜ ਹੈ ਕਿ ਇਹ ਲਾਹੌਰ ਸਿਆਲਕੋਟ ਵਾਸੀ ਸੀ ਅਤੇ ਖੱਤਰੀ ਬਰਾਦਰੀ ਨਾਲ ਸੰਬੰਧ ਰੱਖਦਾ ਸੀਗਾ ਔਰ ਇਹਦੇ ਸਭ ਤੋਂ ਪਹਿਲਾਂ ਆਉਣ ਦੀ ਜਾਂ ਜੋ ਖੰਡੇ ਦੀ ਭੌਲ ਲੈਣ ਦੀ ਜਾਂ ਸੀਸ ਭੇਟ ਕਰਨ ਦੀ ਗੱਲ ਹੈ, ਉਹਦਾ ਜ਼ਿਕਰ ਭੱਟ ਭਾਈ ਪਾਤਸ਼ਾਹ ਪ੍ਰਗਨਾਥਾਨ ਇਸਰ ਵਿੱਚ ਇਸ ਤਰ੍ਹਾਂ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਮਹਿਲ 10ਵਾਂ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਸਾਲ 1755, ਮੰਗਲਵਾਰ ਵਿਸਾਖੀ ਕੇ ਦਿਓਂ ਪਾਂਚ ਸਿੰਘ ਕੋ ਖੰਡ ਕੀ ਪਾਹੁਲ ਦੀ ਸਿੰਘ ਨਾਮ ਰੱਖਾ। ਪ੍ਰਥਮੇ ਦਇਆ ਸਿੰਘ ਸੋਪਤੀ ਖੱਤਰੀ ਵਾਸੀ ਲਾਹੌਰ ਆ ਕੇ ਖੜਾ ਹੁਆ, ਪਾਛੇ ਮੋਹਕਮ ਚੰਦ ਛੀਪਾ ਵਾਸੀ ਦੁਆਰਕਾ, ਸਾਹਿਬ ਚੰਦ ਨਾਈ ਵਾਸੀ ਬਿਦਰ ਜ਼ਫਰਾਬਾਦ, ਧਰਮਚੰਦ ਜਵੰਦਾ ਜਾਟ ਵਾਸੀ ਹਸਤਨਾਪੁਰ, ਹਿੰਮਤ ਚੰਦ ਝੀਵਰ ਵਾਸੀ ਜਗਨਨਾਥ ਬਾਰੋ ਬਾਰੀ ਖੜੇ ਹੋਏ। ਸਭ ਕੋ ਨੀਲ ਅੰਬਰ ਪਹਿਨਾਇਆ, ਵਹੀ ਬੇਸ ਆਪਣਾ ਕੀਆ, ਹੁੱਕਾ ਹਲਾਲ ਹਜਾਮਤ ਹਰਾਮ, ਟਿੱਕਾ ਜੰਜੂ ਧੋਤੀ ਕਾ ਤਿਆਗ ਕਰਵਾਇਆ, ਮੀਣੇ ਧੀਰ ਮੰਦੀਏ ਰਾਮ ਰਾਈਏ ਸਿਰ ਗਮ, ਮਸੰਦਾ ਕੀ ਵਰਤਨ ਬੰਦ ਕੀ, ਕੰਘਾ ਕਰਦ ਕੇਸ ਕੀ ਕੜਾ ਕਛਹਿਰਾ, ਸਭ ਕੋ ਦੀਆ ਸਭ ਕੇਸਾ ਧਾਰੀ ਕੀਏ। ਇਹਦੇ 'ਚ ਦੋ ਤਿੰਨ ਗੱਲਾਂ ਜਿਹੜੀਆਂ ਖਾਸ ਅਹਿਮ ਨੇ ਉਹ ਇਹ ਹੈ ਕਿ ਪਹਿਲੀ ਗੱਲ ਤਾਂ ਜੋ ਗੁਰੂ ਸਾਹਿਬ ਨੇ ਜਿਹੜੀਆਂ ਚੀਜ਼ਾਂ ਪੰਜ ਕਕਾਰ ਦਿੱਤੇ ਸਨ ਉਹਦੇ 'ਚ ਕੇਸਕੀ ਦਾ ਜ਼ਿਕਰ ਆਉਂਦਾ ਹੈ, ਅਤੇ ਦੂਸਰਾ ਵੀ ਸਭ ਕੋ ਨੀਲ ਅੰਬਰ ਪਹਿਨਾਇਆ, ਨੀਲੇ ਰੰਗ ਦੇ ਬਸਤਰ ਜਿਹੜੇ ਪਹਿਰਾਏ। ਹੁਣ ਜਿਹੜੇ ਰਾਜਪੂਤਾਂ ਕੇਸ ਦੇ ਪਿੱਛੇ ਲਾ ਕੇ ਕੇਸਰੀ ਜਿਹੜੇ ਬਾਣੇ ਪਾਏ ਫਿਰਦੇ ਹਨ ਉਹ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਹੁਕਮ ਦੇ ਉਹਦੀ ਆਗਿਆ ਦੇ ਬਿਲਕੁਲ ਉਲਟ ਕਰਦੇ ਹਨ। ਇਸੇ ਤਰ੍ਹਾਂ ਹੀ ਕੇਸ ਜਿਹੜੇ ਨੇ ਗੁਰੂ ਸਾਹਿਬ ਨੇ ਕੇਸ ਕੱਟਣ ਦੀ ਨੂੰ ਪੱਤਰ ਬਜਟ ਕਰਿਆ ਰੱਖਿਆ ਸੀਗਾ, ਅਤੇ ਸੋ 5ਵਾਂ ਕਕਾਰ ਕੇਸ ਕੀ ਜਿਹੜਾ ਇਹਦੇ ਮੁਤਾਬਕ ਬਣਦਾ ਹੈ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਿਸਾਖੀ ਦੇ ਦਿਹਾੜੇ 'ਤੇ ਸੀਸ ਭੇਟ ਜਦੋਂ ਮੰਗ ਕੀਤੀ ਤਾਂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਉਹ ਭਾਈ ਦਇਆ ਰਾਮ ਖੜਾ ਹੋਇਆ ਸੀਗਾ। ਜਿਸ ਤਰ੍ਹਾਂ ਇਨ ਸਭ ਕੋ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਗਤਾਂ ਨੂੰ ਮੁਖਾਤਬ ਹੋ ਕੇ ਕਿ ਹੁਣ ਤੋਂ ਬਾਅਦ ਇਹਨਾਂ ਪੰਜ ਮਰਜੀਵਣੀਆਂ ਨੂੰ ਪੰਜ ਪਿਆਰੇ ਆਖਿਆ ਜਾਇਆ ਕਰੇਗਾ, ਜਦ ਤੱਕ ਸੂਰਜ ਚੰਦ ਕਾਇਮ ਰਹਿਣਗੇ। ਗੁਰੂ ਨੂੰ ਸਿਰ ਭੇਟ ਕਰਨ ਵਾਲੇ ਪੰਜ ਸਿੱਖਾਂ ਦਾ ਨਾਂ ਦੁਨੀਆਂ ਭਰ 'ਚ ਕਾਇਮ ਰਹੇਗਾ। ਜਦੋਂ ਵੀ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਹੋਇਆ ਕਰੇਗੀ ਤਾਂ ਇਹਨਾਂ ਦਾ ਛਾਂ ਦਾ ਹਿੱਸਾ ਸਭ ਤੋਂ ਪਹਿਲਾਂ ਕੱਢਿਆ ਜਾਇਆ ਕਰੇਗਾ। ਇਸ ਪਿੱਛੋਂ ਗੁਰੂ ਸਾਹਿਬ ਨੇ ਭਾਈ ਚੌਪਤ ਰਾਏ ਨੂੰ ਆਖਿਆ ਕਿ ਉਹ ਸਤਲੁਜ ਦੇ ਦਰਿਆ ਜਿਹੜਾ ਬਿਲਕੁਲ ਨਾਲ ਆਨੰਦਪੁਰ ਦੇ ਵਗਦਾ ਸੀ ਨੂੰ 5-6 ਕਿਲੋਮੀਟਰ ਦੂਰ ਚਲਾ ਗਿਆ, ਤੋ ਸਤਲੁਜ 'ਚੋਂ ਸਾਫ਼ ਪਾਣੀ ਭਰ ਕੇ ਲਿਆ ਹੋਵੇ। ਤੋ ਭਾਈ ਚੌਪਤ ਰਾਮ ਜਿਹੜਾ ਪਾਣੀ ਭਰ ਕੇ ਲਾਇਆ, ਭਾਈ ਦੀਵਾਨ ਚੰਦ ਭਾਈ ਧਰਮਚੰਦ ਛਿਬਰ ਨੂੰ ਪੱਥਰ ਦਾ ਕੁੰਡਾ ਅਤੇ ਲੋਹੇ ਦਾ ਬਾਟਾ ਅਤੇ ਖੰਡਾ ਲਿਆਉਣ ਵਾਸਤੇ ਕਿਹਾ। ਗੁਰੂ ਸਾਹਿਬ ਨੇ ਪੱਥਰ ਦੇ ਕੁੰਡੇ ਦੇ ਉੱਤੇ ਲੋਹੇ ਦਾ ਬਾਟਾ ਰੱਖ ਕੇ ਉਸ ਵਿੱਚ ਸਤਲੁਜ ਦਰਿਆ ਤੋਂ ਮੰਗਵਾਇਆ ਪਾਣੀ ਪਾ ਕੇ ਪਾਹੁਲ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਪੰਜ ਪਿਆਰੇ ਗੁਰੂ ਸਾਹਿਬ ਦੇ ਕੋਲ ਨੇੜੇ ਬੈਠ ਕੇ ਗੁਰੂ ਸਾਹਿਬ ਨੇ ਆਪਣੇ ਹੱਥ ਨਾਲ ਖੰਡਾ ਫੇਰ ਕੇ ਪਾਹੁਲ ਤਿਆਰ ਕੀਤੀ। ਇਸ ਮਗਰੋਂ ਅਰਦਾਸ ਕੀਤੀ ਅਤੇ ਜੈਕਾਰਾ ਛੱਡਣ ਮਗਰੋਂ ਖੰਡੇ ਦੀ ਪੌਲ ਦੇਣ ਦੀ ਰਸਮ ਸ਼ੁਰੂ ਕੀਤੀ। ਗਿਆਨੀ ਗਰਜਾ ਸਿੰਘ ਅਤੇ ਪਿਆਰਾ ਸਿੰਘ ਪਦਮ, ਐਕਚੁਅਲੀ ਤਾਂ ਗਿਆਨੀ ਗਰਜਾ ਸਿੰਘ ਦੀਆਂ ਹੀ ਨੇ, ਪਿਆਰਾ ਸਿੰਘ ਪਦਮ ਨੇ ਤਾਂ ਉਸ ਨੂੰ ਛੁਪਾਇਆ ਸੀ। ਉਹਦੀ ਖੰਡੇ ਜਿਹੜੀ ਗੁਰੂ ਦੀਆਂ ਸਾਖੀਆਂ ਲਿਖਤ ਹੈ ਉਹਦੇ ਮੁਤਾਬਕ ਗੁਰੂ ਸਾਹਿਬ ਨੇ ਖੰਡੇ ਨਾਲ ਪਹਿਲਾਂ ਆਪਣੇ ਮੂੰਹ ਵਿੱਚ ਅੰਮ੍ਰਿਤ ਦੀਆਂ ਪੰਜ ਬੂੰਦਾਂ ਪਾਈਆਂ ਅਤੇ ਫਿਰ ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਹੁਲ ਦਿੱਤੀ। ਪੰਜਾਂ ਪਿਆਰਿਆਂ ਨੂੰ ਪਹੁਲ ਦੇ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਨਵਾਂ ਨਾਂ ਸਿੰਘ ਦਿੱਤਾ। ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਨਾਂ ਗੋਬਿੰਦਾਸ ਤੋਂ ਗੋਬਿੰਦ ਸਿੰਘ ਰੱਖਿਆ ਅਤੇ ਫਿਰ ਪੰਜਾਂ ਪਿਆਰਿਆਂ ਨੂੰ ਦਇਆ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਧਰਮ ਸਿੰਘ ਅਤੇ ਹਿੰਮਤ ਸਿੰਘ ਨਾਂ ਦਿੱਤੇ। ਇਸ ਪਿੱਛੋਂ ਉਹਨਾਂ ਨੇ ਸਿੰਘਾਂ ਪੰਜਾਂ ਨੂੰ ਧਰਮ ਦੀ ਰਹਿਤ ਮਰਿਆਦਾ ਦੱਸੀ। ਉਹਨਾਂ ਕਿਹਾ ਵੀ ਹੁਣ ਤੁਹਾਡਾ ਪਿਛਲਾ ਜਨਮ, ਜ਼ਾਤ ਪਾਤ, ਧਰਮ, ਪਿਛਲੇ ਧਰਮ ਜੋ ਵੀ ਕੋਈ ਤੁਸੀਂ ਅਪਣਾਉਂਦੇ ਸੀ, ਕਿ ਕਰਮ ਜੋ ਕੀਤੀਆਂ ਕਰਤੂਤਾਂ
ਭਰਮ ਵਹਿਮ ਜਿਹੜੇ ਨੇ ਸ਼ਰਮ ਜਿਹੜੇ ਆ ਇਹ ਸਾਰੀਆਂ ਪੰਜੇ ਖਤਮ ਹੋ ਗਈਆਂ ਹਨ। ਹੁਣ ਤੁਸੀਂ ਅਕਾਲ ਪੁਰਖ ਦਾ ਖਾਲਸਾ ਹੋ, ਗੁਰੂ ਗੋਬਿੰਦ ਸਿੰਘ ਦਾ ਖਾਲਸਾ ਨਹੀਂ ਹੋ। ਤੁਸੀਂ ਪੰਜ ਕਾਰਨ ਹਮੇਸ਼ਾ ਆਪਣੇ ਸੰਗ ਰੱਖਣਾ ਹੈ, ਕੁੱਠਾ ਮਾਸ ਨਹੀਂ ਖਾਣਾ, ਤੰਬਾਕੂ ਨਹੀਂ ਵਰਤਣਾ ਅਤੇ ਇਸ ਤਰ੍ਹਾਂ ਹੀ ਤੁਰਕਣੀ ਦਾ ਸੰਗ ਨਹੀਂ ਕਰਨਾ, ਜਿਸਨੂੰ ਹੁਣ ਅਸੀਂ ਪਰ ਨਾਰੀ ਵੀ ਕਹਿਣ ਲੱਗ ਪਏ ਹਾਂ। ਬਜਟ ਕੁਰਿਆਤ ਕਰਨ ਵਾਲਾ ਪਤਿਤ ਹੋ ਜਾਵੇਗਾ ਅਤੇ ਉਸਨੂੰ ਤਨਖਾਹ ਲਵਾ ਕੇ ਇਸ ਨੂੰ ਭੁਗਤਣ ਮਗਰੋਂ ਖੰਡੇ ਦੀ ਪੌਲ ਦੁਬਾਰਾ ਲੈਣੀ ਪਏਗੀ। ਮੀਣੇ ਮਸਾਂ ਧੀਰ ਮਦੀ ਆਰਾਮ ਰਾਈਏ ਅਤੇ ਸਿਰ ਗੁੰਮ ਯਾਨੀ ਮੋਨੇ ਸਿੱਖ ਜਿਹੜੇ ਐਕਚੁਅਲੀ ਪਤਿਤ ਨੇ ਆਪਣੇ ਨੂੰ ਸਹੀ ਤਾਰੀ ਵੀ ਅਖਵਾਉਂਦੇ ਨੇ, ਇਹਨਾਂ ਪੰਜਾਂ ਨਾਲ ਮੇਲ ਨਹੀਂ ਰੱਖਣਾ। ਗੋਰ ਯਾਨੀ ਕਬਰ, ਮੜੀ, ਸਮਾਧ, ਮੱਠ, ਜਠੇਰੀਆਂ ਦੀਆਂ ਸਮਾਧਾਂ, ਇਹਨਾਂ ਨੂੰ ਭੁੱਲ ਕੇ ਵੀ ਨਹੀਂ ਮੰਨਣਾ ਅਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਵੀ ਆਪਸ ਵਿੱਚ ਪਰਮ ਭੇਦ ਨਹੀਂ ਰੱਖਣਾ। ਭਾਈ ਦਇਆ ਸਿੰਘ ਦੀ ਹੋਰ ਗੱਲ ਦੱਸਣੀ ਚਾਹਾਂਗਾ ਕਿ ਭਾਈ ਦਇਆ ਸਿੰਘ 16 ਸਾਲ ਦੀ ਉਮਰ ਤੋਂ 1677 ਤੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਰਹਿ ਰਿਹਾ ਸੀਗਾ ਅਤੇ ਸਦਾ ਹੀ ਉਹਨਾਂ ਦੇ ਨਾਲ ਰਿਹਾ। ਹਰ ਥਾਂ 'ਤੇ ਭਾਵੇਂ ਉਹ ਪਾਉਂਟਾ ਸਾਹਿਬ ਸੀ, ਭਾਵੇਂ ਚੱਕ ਨਾਨਕੀ, ਭਾਵੇਂ ਉਹ ਕਿਸੇ ਵੀ ਪਾਸੇ ਗਏ ਨੇ, ਗੁਰੂ ਸਾਹਿਬ ਦੇ ਨਾਲ ਰਿਹਾ। ਜੇਕਰ ਉਹ ਤਲਵੰਡੀ ਸਾਬੋ ਵਿੱਚ ਵੀ ਗਏ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ 1705 ਦੀ 5 ਅਤੇ 6 ਦੀ ਰਾਤ ਨੂੰ ਤਾਂ ਵੀ ਉਹਨਾਂ ਦੇ ਨਾਲ ਰਿਹਾ। ਤੋ 5 ਅਤੇ 6 ਦਸੰਬਰ ਦੀ ਰਾਤ ਨੂੰ, ਦਰਅਸਲ 6 ਦਸੰਬਰ ਦੀ ਸਵੇਰ ਤਿਲਕ ਸਾਹਿਬ ਬਣ ਜਾਂਦਾ। ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਉਹ ਵੀ ਗੁਰੂ ਸਾਹਿਬ ਦੇ ਨਾਲ ਹੀ ਗਿਆ। ਚਮਕੌਰ ਦੀ ਗੜੀ ਵਿੱਚ ਵੀ ਉਹ ਨਾਲ ਸੀਗਾ ਅਤੇ 1706 'ਚ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤਲਵੰਡੀ ਸਾਬੋ ਵਿੱਚ ਦਮਦਮਾ ਸਾਹਿਬ ਜਿਹਨੂੰ ਅੱਜ ਕੱਲ੍ਹ ਕਹਿੰਦੇ ਹਨ ਰਹੇ ਆ ਅਤੇ ਤਾਂ ਵੀ ਉਹ ਨਾਲ ਸੀ। ਜਦ ਗੁਰੂ ਸਾਹਿਬ ਦੱਖਣ ਗਏ ਆ 30 ਅਕਤੂਬਰ 1706 ਦੇ ਦਿਨ ਅਤੇ ਉਹ ਵੀ ਉਹਨਾਂ ਦੇ ਨਾਲ ਹੀ ਛੱਡਿਆ ਹੈ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਨੂੰ ਹੀ ਦਇਆ ਸਿੰਘ ਅਤੇ ਧਰਮ ਸਿੰਘ ਨੂੰ ਹੀ ਜਿਹੜਾ ਹੈ ਉਹ ਔਰੰਗਜ਼ੇਬ ਨੂੰ ਚਿੱਠੀ ਜਿਹੜੀ ਲਿਖ ਕੇ ਦਿੱਤੀ ਸੀ, ਜਿਹੜੀ ਦੀਨਾ ਕਾਂਗੜ ਤੋਂ ਉਹ ਲੈ ਕੇ ਗਏ ਸਨ। ਉਹ ਜ਼ਫਰਨਾਮਾ ਜਿਹੜੀ ਕਵਿਤਾ ਛਪੀ ਹੋਈ ਹੈ ਆਮ ਲੋਕਾਂ ਕੋਲ ਮਿਲਦੀ, ਉਹ ਜ਼ਫਰਨਾਮਾ ਗੁਰੂ ਸਾਹਿਬ ਦੀ ਚਿੱਠੀ ਨਹੀਂ ਹੈ, ਉਹ ਬਾਅਦ 'ਚ ਕਿਸੇ ਨੇ ਲਿਖੀ ਹੈ। ਅਤੇ ਜਿਹੜਾ ਗੁਰੂ ਸਾਹਿਬ ਨੇ ਖੱਤ ਲਿਖਿਆ ਸੀਗਾ ਉਹ ਲੈ ਕੇ ਵੀ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਪਿਆਰਾ ਗਏ ਸਨ, ਇਹ ਉਹਨਾਂ ਵਿੱਚੋਂ ਇੱਕ ਸੀ ਅਤੇ ਫਿਰ ਬਾਅਦ ਵਿੱਚ ਉਹ ਆ ਕੇ ਗੁਰੂ ਸਾਹਿਬ ਨੂੰ ਮਿਲ ਗਏ ਸਨ। ਅਤੇ ਜਦੋਂ ਦੱਖਣ ਤੋਂ ਗੁਰੂ ਸਾਹਿਬ ਚੱਲੇ ਆ ਅਤੇ ਇਹਨਾਂ ਦਾ ਆਪਸ ਵਿੱਚ ਮੇਲ ਜਿਹੜਾ ਜਾ ਕੇ ਬਾਅਦ ਵਿੱਚ ਰਸਤੇ ਵਿੱਚ ਹੋ ਗਿਆ ਰਾਜਸਥਾਨ 'ਚ, ਅਤੇ ਉਸ ਤੋਂ ਬਾਅਦ ਵੀ ਫਿਰ ਦਇਆ ਸਿੰਘ ਗੁਰੂ ਸਾਹਿਬ ਦੇ ਨਾਲ ਰਿਹਾ। ਫਿਰ ਜਦੋਂ ਗੁਰੂ ਸਾਹਿਬ ਦਿੱਲੀ ਆਏ ਤਾਂ ਨਾਲ ਆ ਗਿਆ, ਅਤੇ ਜਦੋਂ ਗੁਰੂ ਸਾਹਿਬ ਜਿਹੜੇ ਫਿਰ ਨੰਦੇੜ ਗਏ ਨੇ ਦੁਬਾਰਾ ਬਾਦਸ਼ਾਹ ਦੇ ਨਾਲ ਜਦੋਂ ਗਏ ਨੇ ਨੰਦੇੜ ਵੱਲ, ਤਾਂ ਉਦੋਂ ਵੀ ਉਹ ਗੁਰੂ ਸਾਹਿਬ ਦੇ ਨਾਲ ਸੀਗਾ। ਜਦੋਂ 6-7 ਅਕਤੂਬਰ ਦੀ ਰਾਤ ਨੂੰ ਗੁਰੂ ਸਾਹਿਬ ਜੋਤੀ ਜੋਤ ਸਮਾਇਆ ਅਤੇ ਉਹਨਾਂ ਦੇ ਨਾਲ ਸੀ, ਅਤੇ ਕੁਛ ਦੇਰ ਮਗਰੋਂ ਭਾਈ ਦਇਆ ਸਿੰਘ ਵੀ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਦਾ ਵਿਛੋੜਾ ਨਾ ਸਹਿ ਸਕਿਆ ਅਤੇ ਦਿਲ ਦੇ ਸਦਮੇ ਨਾਲ ਉਹ ਮੌਤ ਹੋ ਗਿਆ। ਤੋ ਭਾਈ ਦਇਆ ਸਿੰਘ ਦੀ ਇੱਕ ਸਿਫਤ ਹੈ ਕਿ ਉਸਨੂੰ 31 ਸਾਲ ਗੁਰੂ ਸਾਹਿਬ ਦੇ ਨਾਲ ਰਹਿਣ ਦਾ 1677 ਤੋਂ 1708 ਤੱਕ ਮਾਣ ਹਾਸਲ ਹੋਇਆ। ਇਹ ਮਾਣ ਬਹੁਤ ਘੱਟ ਲੋਕਾਂ ਨੂੰ ਹਾਸਲ ਹੋਇਆ। ਸੋ ਸਾਡੇ ਕੋਲ 26 ਅਗਸਤ ਦੀ ਇੱਕ ਹੋਰ ਘਟਨਾ 1931 ਦੀ ਹੈ ਕਿ 26 ਅਗਸਤ 1931 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਡਸਕਾ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ। ਡਸਕਾ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਕਸਬਾ ਹੈ, ਇੱਥੇ ਭਾਈ ਵਰਿਆਮ ਸਿੰਘ ਦਾ ਗੁਰਦੁਆਰਾ ਹੈ। ਉੱਥੋਂ ਦਾ ਇੰਤਜ਼ਾਮ ਸੰਬੰਧੀ ਲੋਕਲ ਹਿੰਦੂ ਜਿਹੜੇ ਨੇ ਉਹ ਉਹਨਾਂ ਨਾਲ ਝਗੜਾ ਚੱਲ ਰਿਹਾ ਸੀਗਾ। ਗੁਰਦੁਆਰੇ ਦੇ ਬਾਹਰ ਕੋਈ ਦੁਕਾਨਾਂ ਸੀ ਜਿਹਨਾਂ ਦਾ ਉੱਥੇ ਹਿੰਦੂਆਂ ਦਾ ਕਬਜ਼ਾ ਸੀ, ਕਿਰਾਇਆ ਵੀ ਨਹੀਂ ਸਨ ਦੇ ਸਕਦੇ। ਅਦਾਲਤਾਂ ਵਿੱਚ ਵੀ ਕੇਸ ਗਿਆ, ਅਦਾਲਤ ਵਿੱਚ ਵੀ ਜਦ ਕਾਮਯਾਬ ਨਾ ਹੋ ਸਕਿਆ ਕੁਝ ਇਸ ਸਿਲਸਿਲਾ, ਤਾਂ ਫਿਰ ਬਾਬਾ ਖੜਕ ਸਿੰਘ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸਨ ਉਹਨਾਂ ਨੇ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਮਾਸਟਰ ਤਾਰਾ ਸਿੰਘ ਚਾਹੁੰਦੇ ਸੀ ਕਿ ਪਹਿਲਾਂ ਅਦਾਲਤ ਵਿੱਚ ਕੇਸ ਭਾਵੇਂ ਰਿਜੈਕਟ ਹੋ ਗਿਆ ਅਤੇ ਇਸ ਨੂੰ ਅਪੀਲ ਕੀਤੀ ਜਾਵੇ, ਅਤੇ ਜੇਕਰ ਅਪੀਲ ਰੱਦ ਹੋਵੇ ਤਾਂ ਫਿਰ ਮੋਰਚਾ ਲਾਇਆ ਜਾ ਸਕਦਾ। ਪਰ ਬਾਬਾ ਖੜਕ ਸਿੰਘ ਹਮੇਸ਼ਾ ਵਾਂਗ ਆਪਣੀ ਜ਼ਿਦ 'ਤੇ ਅੜ ਗਏ ਅਤੇ ਉਹਨਾਂ ਨੇ 17 ਅਗਸਤ 1931 ਦੇ ਦਿਨ ਪੰਜੀ ਸਿੰਘਾਂ ਦਾ ਇੱਕ ਜੱਥਾ ਲੈ ਕੇ ਚਲੇ ਗਏ ਆ ਜੇਲ੍ਹ, ਅਤੇ ਇਸ ਤੋਂ ਬਾਅਦ ਕੋਈ ਜੱਥਾ ਨਹੀਂ ਗਿਆ, ਗ੍ਰਿਫਤਾਰੀ ਆ। ਉਸ ਤੋਂ ਬਾਅਦ ਇਹ ਅਕਾਲੀ ਦਲ ਦੀ ਬੇਇੱਜ਼ਤੀ ਸੀ ਅਤੇ ਬਾਬਾ ਖੜਕ ਸਿੰਘ ਦੀ ਬੇਇੱਜ਼ਤੀ ਸੀ ਵੀ 7 ਦਿਨ ਉਹਨਾਂ ਦੇ ਮਗਰੋਂ ਵੀ ਕੋਈ ਜੱਥਾ ਨਾ ਗਿਆ। ਤੋ ਸ਼੍ਰੋਮਣੀ ਅਕਾਲੀ ਦਲ ਨੇ 5 ਅਗਸਤ ਨੂੰ ਫੈਸਲਾ ਕੀਤਾ ਵੀ ਇਸ ਦੇ ਵਾਸਤੇ ਮੋਰਚਾ ਲਾਇਆ ਜਾਏਗਾ। ਤੋ ਅਕਾਲੀ ਦਲ ਦੀ ਵਰਕਿੰਗ ਕਮੇਟੀ ਉਹਨਾਂ ਨੇ 27 ਅਗਸਤ ਨੂੰ ਮਾਸਟਰ ਤਾਰਾ ਸਿੰਘ ਨੇ ਮੀਟਿੰਗ ਬੁਲਾ ਲਈ ਅਤੇ ਉਹਦੇ 'ਚ ਮਤਾ ਪਾਸ ਕੀਤਾ ਵੀ ਬਾਬਾ ਖੜਕ ਸਿੰਘ ਦੀ ਇੱਜ਼ਤ ਰੱਖਣ ਵਾਸਤੇ ਡਸਕੇ ਦਾ ਮੋਰਚਾ ਲਾਇਆ ਜਾਏ। ਸੋ ਇਸ ਦਿਨ ਦੀ 1980 ਦੀ ਵੀ ਸਾਡੇ ਕੋਲ ਗੱਲ ਹੈ। 1980 ਦੇ 26 ਅਗਸਤ ਦੀ ਸਾਡੇ ਕੋਲ ਘਟਨਾ ਹੈ ਕਿ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਨੇ ਜਿਹੜੇ ਤਰਨਾ ਦਲ ਨਿਹਾਲ ਸਿੰਘ ਨਿਹੰਗ ਸਿੰਘਾਂ ਦਾ ਜੱਥਾ ਹੈ ਉਹਦੇ ਮੁਖੀ ਨੇ ਹਰੀਆਂ ਵੇਲਾਂ ਗੁਰਦੁਆਰਾ ਜਿਹਦੇ 'ਚ ਰਹਿੰਦੇ ਆ ਦੇ ਕਾਰ ਮੁਖਤਾਰ ਨੇ ਉਹਨਾਂ ਨੇ 1980 ਵਿੱਚ ਦਰਬਾਰ ਸਾਹਿਬ ਦੀ ਉੱਪਰਲੀ ਮੰਜ਼ਿਲ 'ਤੇ ਇੱਕ ਬੀਬੀ ਕਿਸ਼ਨ ਕੌਰ ਕੋਲੋਂ ਕੀਰਤਨ ਕਰਵਾਇਆ ਸੀ। ਜਿਸ ਤਰ੍ਹਾਂ ਕਿ ਨਿਰਮਲੇ ਪੁਜਾਰੀਆਂ ਨੇ ਪਾਬੰਦੀ ਲਾਈ ਹੋਈ ਕਿ ਦਰਬਾਰ ਸਾਹਿਬ 'ਚ ਔਰਤਾਂ ਕੀਰਤਨ ਨਹੀਂ ਕਰ ਸਕੀਆਂ, ਜਿਹੜੀ ਕਿ ਗੁਰੂ ਨਾਨਕ ਦੇ ਸਿਧਾਂਤ ਦੇ ਗੁਰਮਤ ਦੇ ਬਿਲਕੁਲ ਉਲਟ ਹੈ, ਬੇਅਦਬੀ ਹੈ, ਗੁਰਦੁਆਰੇ ਦੀ ਵੀ ਬਦਬੀ ਹੈ ਔਰ ਸਿੱਖੀ ਸਿਧਾਂਤਾਂ ਦੀ ਵੀ ਬੇਅਦਬੀ ਹੈ।
ਅਸੀਂ ਜਾਂਦੇ 1920 ਵਿੱਚ ਜਦੋਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਚੱਲੀਏ, ਸ਼੍ਰੋਮਣੀ ਕਮੇਟੀ ਦੀ ਲਹਿਰ ਚੱਲੀ, ਅਕਾਲੀ ਲਹਿਰ ਸੁਧਾਰ ਲਹਿਰ ਚੱਲੀਏ, ਤਾਂ ਉਹਨਾਂ ਨੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਾ ਲਿਆ। ਪਰ 1986 ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ ਚੌਂਕ ਮਹਿਤਾ ਭਿੰਡਰਾਂ ਜੱਥਾ ਜਿਹੜਾ ਹੈ, ਜਿਹੜੇ ਆਪਣੇ ਉਹਨੂੰ ਝੂਠ ਦੇ ਤੌਰ 'ਤੇ ਦੰਦੇ ਵਿੱਚ ਸਲ ਕਹਿੰਦੇ ਹਨ, ਅਤੇ ਨਿਰਮਲੇ ਅਤੇ ਉਦਾਸੀ ਪੁਜਾਰੀ ਹਨ, ਇਹਨਾਂ ਦਾ ਕਬਜ਼ਾ ਜਿਹੜਾ ਚੱਲ ਰਿਹਾ, ਅੱਜ ਵੀ ਚੱਲ ਰਿਹਾ 1986 ਦੀ 26 ਜਨਵਰੀ ਤੋਂ ਲੈ ਕੇ ਦਰਬਾਰ ਸਾਹਿਬ 'ਤੇ ਇਹ ਭਿੰਡਰਾਂ ਮਹਿਤਾ ਜੱਥੇ ਦਾ ਡੇਰੇ ਵਾਲਿਆਂ ਦਾ ਜਿਹੜਾ ਸਿੱਧਾ ਸਿੱਧਾ ਕਬਜ਼ਾ ਚੱਲ ਰਿਹਾ। ਔਰ ਇਸ ਜੱਥੇ ਦੇ ਗ੍ਰੰਥੀ ਅਤੇ ਪੁਜਾਰੀ ਜਿਹੜੇ ਨੇ ਦਰਬਾਰ ਸਾਹਿਬ 'ਚ ਸਿੱਖੀ ਅਸੂਲਾਂ ਦੇ ਉਲਟ ਬਹੁਤ ਸਾਰੀਆਂ ਬ੍ਰਾਹਮਣੀ ਰਵਾਇਤਾਂ ਇਹਨਾਂ ਨੇ ਕਾਇਮ ਪਹਿਲਾਂ ਵੀ ਸਨ, ਕੁਝ ਇਹਨਾਂ ਨੇ ਹੋਰ ਕਰਨੀਆਂ। ਇਹਨਾਂ ਵਿੱਚੋਂ ਇੱਕ ਧੱਕਾ ਇਹ ਸੀ ਕਿ ਪੁਜਾਰੀ ਜਿਹੜੇ ਆ ਉਹ ਬੀਬੀਆਂ ਦਾ ਕੀਰਤਨ ਨਹੀਂ ਸਨ ਕਰ ਦਿੰਦੇ, ਹਾਲਾਂਕਿ ਗੁਰੂ ਨਾਨਕ ਸਾਹਿਬ ਦੀ ਸਿੱਖਾਂ ਦੇ ਉਲਟ ਹੈ। ਔਰ ਸਿੱਧ ਇਤਿਹਾਸ ਦੇ ਪੱਖੋਂ ਵੀ ਜਿਹੜਾ ਇਹ ਗੱਲ ਜਿਹੜੀ ਹੈ ਸਿੱਖੀ ਸਿਧਾਂਤਾਂ ਦੇ ਉਲਟ ਹੈ, ਕਿਉਂਕਿ ਸਾਡੇ ਕੋਲ ਭਾਈ ਰਤਨ ਸਿੰਘ ਪੰਗੂ ਦੇ ਪੰਥ ਪ੍ਰਕਾਸ਼ ਵਿੱਚ, ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਸ਼ਰਿਆਮ ਲਿਖਿਆ ਮਿਲਦਾ ਹੈ ਕਿ ਬੀਬੀਆਂ ਕੀਰਤਨ ਕਰਦੀਆਂ ਸਨ। ਭਾਈ ਜੱਸਾ ਸਿੰਘ ਆਲੂਵਾਲੇ ਦੀ ਮਾਤਾ, ਮਾਤਾ ਸੁੰਦਰ ਕੌਰ ਦੇ ਨਾਲ ਜਦੋਂ ਆਉਂਦੀ ਸੀ ਅਤੇ ਇੱਥੇ ਦਰਬਾਰ ਸਾਹਿਬ 'ਚ ਕੀਰਤਨ ਕਰਦੀ ਸੀ, ਉਹ ਹੋਰ ਜਗ੍ਹਾ 'ਤੇ ਵੀ ਬੈਠ ਕੇ ਕੀਰਤਨ ਕਰਿਆ ਕਰਦੀ ਸੀ। ਸਾਡੇ ਕੋਲ ਸਪਸ਼ਟ ਜਿਹੜਾ ਇਹ ਸਾਡੇ ਕੋਲ ਸਬੂਤ ਹਨ, ਪਰ ਕਿਉਂਕਿ ਨਿਰਮਲੇ ਪੁਜਾਰੀ ਨੇ ਦਰਬਾਰ ਸਾਹਿਬ ਦੇ ਉੱਤੇ ਕਾਬਜ਼ ਚੌਂਕ ਮਹਿਤਾ ਡੇਰੇ ਵਾਲੇ, ਅਤੇ ਉਹ ਇਸ ਗੱਲ ਨੂੰ ਕਰ ਨਹੀਂ ਸਨ ਦੇਦੇ। ਅਖੀਰ 26 ਅਗਸਤ 1980 ਦੇ ਦਿਨ ਨਿਹਾਲ ਸਿੰਘ ਬਾਬੇ ਨੇ ਤਰਨਾ ਦਲ ਦੇ ਮੁਖੀ ਨੇ ਦਰਬਾਰ ਸਾਹਿਬ ਦੀ ਉੱਪਰਲੀ ਮੰਜ਼ਿਲ 'ਤੇ ਹੇਠਲੀ ਮੇਨ ਹਾਲ ਵਿੱਚ ਨਹੀਂ ਬੀਬੀ ਕਿਸ਼ਨ ਕੌਰ ਦਾ ਕੀਰਤਨ ਜ਼ਰੂਰ ਕਰਵਾ ਲਿਆ ਸੀ, ਇੱਕ ਰਸਮੀ ਤੌਰ 'ਤੇ ਸੀ, ਪਰ ਬਾਕੀ ਦੇਖੋ ਦਰਬਾਰ ਸਾਹਿਬ ਇਹਨਾਂ ਨਿਰਮਲੇ ਅਤੇ ਉਦਾਸੀ ਪੁਜਾਰੀਆਂ ਤੋਂ ਕਦੋਂ ਆਜ਼ਾਦ ਹੁੰਦਾ ਹੈ। 26 ਅਗਸਤ 1987 ਤੋਂ ਸਾਡੇ ਕੋਲ ਨਕਲੀ ਮੁਕਾਬਲਿਆਂ ਦੀਆਂ ਕੁਝ ਘਟਨਾਵਾਂ ਹਨ। 26 ਅਗਸਤ 1987 ਦੇ ਦਿਨ ਪੰਜਾਬ ਪੁਲਿਸ ਨੇ ਖਾਲਿਸਤਾਨੀ ਲਹਿਰ ਦੇ ਇੱਕ ਵੱਡੇ ਥੰਮ ਗੁਰਮੀਤ ਸਿੰਘ ਛੇੜੇ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ। ਇਸ ਦੇ ਨਾਲ ਲਹਿਰ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ। ਇਹਦੇ ਨਾਲ ਹੀ ਇਸੇ ਦਿਨ ਹੀ ਇੱਕ ਰਤਨ ਸਿੰਘ ਨਾਂ ਦੇ ਨੌਜਵਾਨ ਨੂੰ ਵੀ ਪੁਲਿਸ ਨੇ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ। 26 ਅਗਸਤ 1999 ਦੇ ਦਿਨ ਵੀ ਸਾਡੇ ਕੋਲ ਨਕਲੀ ਮੁਕਾਬਲੇ ਦੀਆਂ ਘਟਨਾਵਾਂ ਹਨ। 26 ਅਗਸਤ 1999 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਉਰਫ ਸੱਤਾ ਉਰਫ ਛੋਟਾ ਬ੍ਰਹਮਾ ਵਾਸੀ ਪਰਵਾਲ ਅੰਮ੍ਰਿਤਸਰ, ਹਜ਼ੂਰਾ ਸਿੰਘ ਵਾਸੀ ਬੋਹ ਅੰਮ੍ਰਿਤਸਰ, ਕਸ਼ਮੀਰ ਸਿੰਘ ਵੇਰਕਾ, ਬਲਵੰਤ ਸਿੰਘ ਉਰਫ ਬਿੱਲਾ ਵਾਸੀ ਮਾਣੇ ਮੰਨੀਆਂ ਅੰਮ੍ਰਿਤਸਰ, ਜਸਬੀਰ ਸਿੰਘ ਪਿੰਕਾ ਮੁਹਾਲੀ, ਰਣਜੀਤ ਸਿੰਘ ਵਾਸੀ ਸੋਹਲ ਗੁਰਦਾਸਪੁਰ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ। 1990 ਦੀ ਵੀ ਸਾਡੇ ਕੋਲ ਘਟਨਾ ਹੈ ਕਿ 26 ਅਗਸਤ 1990 ਦੇ ਦਿਨ ਪੰਜਾਬ ਪੁਲਿਸ ਨੇ ਇਕਬਾਲ ਸਿੰਘ ਉਰਫ ਮਿਨੀ ਬਾਬਾ ਵਾਸੀ ਰੌਂਤਾ ਅਤੇ ਜਗਜੀਤ ਸਿੰਘ ਚੰਡੀਗੜ੍ਹ ਵਾਸੀ ਅਕਲੀਆ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕਰ ਦਿੱਤਾ। 1991 ਦੀ ਵੀ ਸਾਡੇ ਕੋਲ ਘਟਨਾ ਹੈ ਕਿ 26 ਅਗਸਤ 1991 ਦੇ ਦਿਨ ਪੰਜਾਬ ਪੁਲਿਸ ਨੇ ਕੁਲਵੰਤ ਸਿੰਘ ਬੱਬਰ ਵਾਸੀ ਕੇਰੀ ਚਹਾਲਾ, ਗੁਰਮੀਤ ਸਿੰਘ ਅਤੇ ਦਇਆ ਸਿੰਘ ਦੋਵੇਂ ਵਾਸੀ ਸ਼ੇਰਪੁਰ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ। ਇਹ ਸਨ ਘਟਨਾਵਾਂ 26 ਅਗਸਤ ਦੇ ਦਿਨ ਜੋ ਸਿੱਖ ਤਾਰੀਖ 'ਚ ਹੋਈਆਂ। ਸ਼ੁਕਰੀਆ।